ਪੰਜਾਬ ਦੀ ਸਿਆਸਤ ਦੇ ਤੁਸੀਂ ਸਭ ਤੋਂ ਪੁਰਾਣੇ ਸਿਆਸਤਦਾਨ ਹੋ। ਅਕਾਲੀ ਦਲ ਦੇ ਨਾਲ ਅਲਾਇੰਸ ਦੀਆਂ ਬੀਜੇਪੀ ਦੀਆਂ ਇੱਕ ਵਾਰ ਫਿਰ ਚਰਚਾਵਾਂ ਸ਼ੁਰੂ ਹੋਈਆਂ ਨੇ, ਔਰ ਅਮਿਤ ਸ਼ਾਹ ਹੋਰਾਂ ਨੇ ਵੀ ਪਿਛਲੇ ਦਿਨਾਂ 'ਚ ਕਿਹਾ ਸੀਗਾ ਕਿ ਅਲਾਇੰਸ ਤੇ ਗੱਲਬਾਤ ਚੱਲ ਰਹੀ ਹੈ। ਤੁਹਾਨੂੰ ਲੱਗਦਾ ਅਲਾਇੰਸ ਹੋਣਾ ਚਾਹੀਦਾ ਜਾਂ ਤੁਹਾਡੀ ਕੀ ਬਿਲਕੁਲ ਹੋਣਾ ਸਟੇਟਮੈਂਟ ਹੈ? ਚਾਹੀਦਾ, ਮੈਂ ਇਹਦੇ ਹੱਕ 'ਚ ਹੈ, ਜੀ ਔਰ ਮੇਰੀ ਆਪਣੇ ਬੀਜੇਪੀ ਦੇ ਪ੍ਰੈਜ਼ੀਡੈਂਟ ਸੁਨੀਲ ਜਾਖੜ ਜੀ ਨਾਲ ਵੀ ਗੱਲ ਹੋਈ ਹੈ, ਉਹ ਵੀ ਇਹਦੇ ਹੱਕ 'ਚ ਨੇ, ਜੀ ਐਂਡ ਅਸੀਂ ਬਿਲਕੁਲ ਇਹਦੇ ਹੱਕ 'ਚ ਹੈ ਕਿ ਅਕਾਲੀ ਦਲ ਦੇ ਨਾਲ ਸਾਡੇ ਸਮਝੌਤਾ ਹੋਵੇ ਐਂਡ ਦੈਨ ਵੀ ਬਿਕਮ ਅ ਫਾਰਮੀਡੇਬਲ ਫੋਰਸ ਜਿਹਦੇ ਨਾਲ ਅਸੀਂ ਬਾਕੀਆਂ ਨੂੰ ਹਰਾ ਸਕਦੇ ਹਾਂ ਐਂਡ ਦੈਟ ਇਜ਼ ਇੰਪੋਰਟੈਂਟ ਫਾਰ ਅਸ। ਅਗਰ ਬੀਜੇਪੀ ਅਕਾਲੀ ਦਲ ਇਕੱਠੇ ਹੋਏ ਸਾਨੂੰ ਕੋਈ ਨਹੀਂ ਹਰਾ ਸਕਦਾ। ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਤੁਸੀਂ ਗੱਲ ਰੱਖੋਗੇ ਕਿ ਅਕਾਲੀ ਦਲ ਨਾਲ ਅਲਾਇੰਸ ਹੋਣਾ ਚਾਹੀਦਾ? ਆਈ ਵਿਲ ਟੈਲ ਦ ਪ੍ਰਾਈਮ ਮਿਨਿਸਟਰ, ਮੇਰੇ ਵਿਊਜ਼ ਤਾਂ ਅੱਗੇ ਹੋਣੇ ਵੀ ਅਖਬਾਰਾਂ ਨੇ ਦਿਖਾਤੇ ਸੀ। ਤੁਸੀਂ ਸੀਟ ਸ਼ੇਅਰਿੰਗ ਦਾ ਜ਼ਿਕਰ ਕੀਤਾ, ਤੁਹਾਨੂੰ ਕੀ ਲੱਗਦਾ ਬੀਜੇਪੀ ਦੀਆਂ ਕਿੰਨੀਆਂ ਸੀਟ ਇਸ ਅਲਾਇੰਸ ਦੇ ਵਿੱਚ ਹੋਣੀਆਂ ਚਾਹੀਦੀਆਂ, ਕਿਉਂਕਿ ਪਹਿਲਾਂ 3 ਸੀ? ਇਹ ਨਹੀਂ ਮੈਂ ਕਹਿ ਸਕਦਾ, ਬਟ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਹੋਣੀ ਚਾਹੀਦੀ ਹੈ, ਜਿੰਨੀ ਹੁੰਦੀ ਹੈ ਇਟ ਇਜ਼ ਆਲਸੋ ਇਨ ਅਕਾਲੀ ਦਲ ਦੇ ਇੰਟਰਸਟ ਵਿੱਚ ਕਿ ਉਹ ਸਾਡੇ ਨਾਲ ਅੰਡਰਸਟੈਂਡਿੰਗ ਕਰਨ ਐਂਡ ਅਸੀਂ ਓਪਨ ਹਾਰਟ ਨਾਲ, ਆਈ ਐਮ ਸ਼ੋਰ, ਓਪਨ ਹੱਥਾਂ ਨਾਲ ਇਹ ਗੱਲ ਨੂੰ ਸਿਰੇ ਚੜਾਵਾਂਗੇ। ਲੇਕਿਨ ਤੁਹਾਨੂੰ ਲੱਗਦਾ ਕਿ 3 ਤੋਂ ਵੱਧ ਕੇ 6 ਜਾਂ 7 ਜਾਂ 5 ਕਿਤੇ ਹੋਣੀ ਚਾਹੀਦੀ? ਮੈਨੂੰ ਮੈਥੋਂ ਤੁਸੀਂ ਕਹਿਣਾ ਚਾਹੁੰਦੇ ਹੋ, ਮੈਂ ਕਹਿ ਨਹੀਂ ਸਕਦਾ ਇਸ ਵੇਲੇ ਅਨਲੈਸ ਇਹ ਫਾਈਨਲ ਹੋਵੇ। ਫਾਈਨਲ ਹੋਏਗਾ ਗੱਲ ਕਹਿਣੀ, ਐਸੇ ਹੀ ਗੱਲਬਾਤ ਕਰਨੀ ਜਦੋਂ ਤਾਈਂ ਗੱਲ ਇੱਥੇ ਸਿਰੇ ਨਹੀਂ ਚੜ੍ਹਦੀ, ਇਹ ਗੱਲ ਹੋਏਗੀ ਮੇਰੇ ਵੱਲੋਂ। ਲਾਸਟ ਸਵਾਲ ਕਦੋਂ ਤੱਕ ਅਲਾਇੰਸ ਜਿਹੜਾ ਹੋ ਸਕਦਾ ਹੈ, ਕਿਉਂਕਿ ਕੋਡ ਆਫ ਕੰਡਕਟ ਹੁਣ ਲੱਗਣ ਵਾਲਾ ਹੈ? ਦੇਖੋ, ਜਦੋਂ ਕੋਡ ਆਫ ਕੰਡਕਟ ਲੱਗੇ ਜਾਂ ਨਾ ਲੱਗੇ, ਇਹ ਅੰਡਰਸਟੈਂਡਿੰਗ ਤਾਂ ਹੋ ਸਕਦੀ ਹੈ ਨਾ ਬਾਅਦ 'ਚ, ਦੈਟ ਇਜ਼ ਨੋਟ ਅ ਕੁਐਸਚਨ। ਬਟ ਮੇਰੀ ਕੋਸ਼ਿਸ਼ ਹੋਏਗੀ ਔਰ ਐਡਵਾਈਸ ਹੋਏਗੀ ਕਿ ਇਲੈਕਸ਼ਨ ਤੋਂ ਪਹਿਲਾਂ ਸੀਟ ਅਡਜਸਟਮੈਂਟ ਕਰ ਲਓ, ਦੈਟ ਵਿਲ ਬੀ ਦ ਬੈਸਟ। ਜੀ, ਬਾਅਦ 'ਚ ਇਲੈਕਸ਼ਨ 'ਚ ਲੜਨਾ, ਸਾਡੇ ਸੀਟ ਜਿਹੜੀਆਂ ਹੋਣਗੀਆਂ ਔਰ ਅਕਾਲੀ ਦਲ ਦੀ ਸੀਟਾਂ ਹੋਣਗੀਆਂ, ਉਹਦਾ ਇੰਨਾ ਨਹੀਂ ਹੁੰਦਾ। ਇਹਦੇ ਵਿੱਚ ਅਸੀਂ ਅਕਾਲੀ ਦਲ ਦੀ ਸਪੋਰਟ ਲੈ ਸਕਦੇ ਹਾਂ, ਉਹ ਸਾਡੀ ਲੈ ਸਕਦੇ ਨੇ, ਆਪਾਂ ਸ਼ਹਿਰੀ ਵੀ ਪੇਂਡੂ ਇਲਾਕਿਆਂ ਵੀ ਅਸੀਂ ਉਹਦੇ ਵਿੱਚ ਇੰਪੈਕਟ ਪਾ ਸਕਦੇ। ਪੰਜਾਬ ਦੀ ਸਿਆਸਤ ਦੇ ਤੁਸੀਂ ਸਭ ਤੋਂ ਪੁਰਾਣੇ ਸਿਆਸਤਦਾਨ ਹੋ। ਅਕਾਲੀ ਦਲ ਦੇ ਨਾਲ ਅਲਾਇੰਸ ਦੀਆਂ ਬੀਜੇਪੀ ਦੀਆਂ ਇੱਕ ਵਾਰ ਫਿਰ ਚਰਚਾਵਾਂ ਸ਼ੁਰੂ ਹੋਈਆਂ ਨੇ, ਔਰ ਅਮਿਤ ਸ਼ਾਹ ਹੋਰਾਂ ਨੇ ਵੀ ਪਿਛਲੇ ਦਿਨਾਂ 'ਚ ਕਿਹਾ ਸੀਗਾ ਕਿ ਅਲਾਇੰਸ ਤੇ ਗੱਲਬਾਤ ਚੱਲ ਰਹੀ ਹੈ। ਤੁਹਾਨੂੰ ਲੱਗਦਾ ਅਲਾਇੰਸ ਹੋਣਾ ਚਾਹੀਦਾ ਜਾਂ ਤੁਹਾਡੀ ਕੀ ਸਟੇਟਮੈਂਟ ਹੈ? ਮੈਂ ਇਹਦੇ ਹੱਕ 'ਚ ਹੈ, ਮੇਰੀ ਆਪਣੇ ਬੀਜੇਪੀ ਦੇ ਪ੍ਰੈਜ਼ੀਡੈਂਟ ਸੁਨੀਲ ਜਾਖੜ ਜੀ ਨਾਲ ਵੀ ਗੱਲ ਹੋਈ ਹੈ, ਉਹ ਵੀ ਇਹਦੇ ਹੱਕ 'ਚ ਨੇ ਐਂਡ ਅਸੀਂ ਬਿਲਕੁਲ ਇਹਦੇ ਹੱਕ 'ਚ ਹੈ ਕਿ ਅਕਾਲੀ ਦਲ ਦੇ ਨਾਲ ਸਾਡੇ ਸਮਝੌਤਾ ਹੋਵੇ ਐਂਡ ਦੈਨ ਵੀ ਬਿਕਮ ਅ ਫਾਰਮੀਡੇਬਲ ਫੋਰਸ ਜਿਹਦੇ ਨਾਲ ਅਸੀਂ ਬਾਕੀਆਂ ਨੂੰ ਹਰਾ ਸਕਦੇ ਹਾਂ ਐਂਡ ਦੈਟ ਇਜ਼ ਇੰਪੋਰਟੈਂਟ ਫਾਰ ਅਸ। ਅਗਰ ਬੀਜੇਪੀ ਅਕਾਲੀ ਦਲ ਇਕੱਠੇ ਹੋਏ ਸਾਨੂੰ ਕੋਈ ਨਹੀਂ ਹਰਾ ਸਕਦਾ। ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਤੁਸੀਂ ਗੱਲ ਰੱਖੋਗੇ ਕਿ ਅਕਾਲੀ ਦਲ ਨਾਲ ਅਲਾਇੰਸ ਹੋਣਾ ਚਾਹੀਦਾ? ਆਈ ਵਿਲ ਟੈਲ ਦ ਪ੍ਰਾਈਮ ਮਿਨਿਸਟਰ, ਮੇਰੇ ਵਿਊਜ਼ ਤਾਂ ਅੱਗੇ ਹੋਣੇ ਵੀ ਅਖਬਾਰਾਂ ਨੇ ਦਿਖਾਤੇ ਸੀ। ਤੁਸੀਂ ਸੀਟ ਸ਼ੇਅਰਿੰਗ ਦਾ ਜ਼ਿਕਰ ਕੀਤਾ, ਤੁਹਾਨੂੰ ਕੀ ਲੱਗਦਾ ਬੀਜੇਪੀ ਦੀਆਂ ਕਿੰਨੀਆਂ ਸੀਟ ਇਸ ਅਲਾਇੰਸ ਦੇ ਵਿੱਚ ਹੋਣੀਆਂ ਚਾਹੀਦੀਆਂ, ਕਿਉਂਕਿ ਪਹਿਲਾਂ 3 ਸੀ? ਇਹ ਨਹੀਂ ਮੈਂ ਕਹਿ ਸਕਦਾ, ਬਟ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਹੋਣੀ ਚਾਹੀਦੀ ਹੈ, ਜਿੰਨੀ ਹੁੰਦੀ ਹੈ ਇਟ ਇਜ਼ ਆਲਸੋ ਇਨ ਅਕਾਲੀ ਦਲ ਦੇ ਇੰਟਰਸਟ ਵਿੱਚ ਕਿ ਉਹ ਸਾਡੇ ਨਾਲ ਅੰਡਰਸਟੈਂਡਿੰਗ ਕਰਨ ਐਂਡ ਅਸੀਂ ਓਪਨ ਹਾਰਟ ਨਾਲ, ਆਈ ਐਮ ਸ਼ੋਰ, ਓਪਨ ਹੱਥਾਂ ਨਾਲ ਇਹ ਗੱਲ ਨੂੰ ਸਿਰੇ ਚੜਾਵਾਂਗੇ। ਲੇਕਿਨ ਤੁਹਾਨੂੰ ਲੱਗਦਾ ਕਿ 3 ਤੋਂ ਵੱਧ ਕੇ 6 ਜਾਂ 7 ਜਾਂ 5 ਕਿਤੇ ਹੋਣੀ ਚਾਹੀਦੀ? ਮੈਨੂੰ ਤੁਸੀਂ ਕਹਿਣਾ ਚਾਹੁੰਦੇ ਹੋ, ਮੈਂ ਕਹਿ ਨਹੀਂ ਸਕਦਾ ਇਸ ਵੇਲੇ ਅਨਲੈਸ ਇਹ ਫਾਈਨਲ ਹੋਵੇ। ਫਾਈਨਲ ਹੋਏਗਾ ਗੱਲ ਕਹਿਣੀ, ਐਸੇ ਹੀ ਗੱਲਬਾਤ ਕਰਨੀ ਜਦੋਂ ਤਾਈਂ ਗੱਲ ਇੱਥੇ ਸਿਰੇ ਨਹੀਂ ਚੜ੍ਹਦੀ, ਇਹ ਗੱਲ ਹੋਏਗੀ ਮੇਰੇ ਵੱਲੋਂ। ਲਾਸਟ ਸਵਾਲ ਕਦੋਂ ਤੱਕ ਅਲਾਇੰਸ ਜਿਹੜਾ ਹੋ ਸਕਦਾ ਹੈ, ਕਿਉਂਕਿ ਕੋਡ ਆਫ ਕੰਡਕਟ ਹੁਣ ਲੱਗਣ ਵਾਲਾ ਹੈ? ਦੇਖੋ, ਜਦੋਂ ਕੋਡ ਆਫ ਕੰਡਕਟ ਲੱਗੇ ਜਾਂ ਨਾ ਲੱਗੇ, ਇਹ ਅੰਡਰਸਟੈਂਡਿੰਗ ਤਾਂ ਹੋ ਸਕਦੀ ਹੈ ਨਾ ਬਾਅਦ 'ਚ, ਦੈਟ ਇਜ਼ ਨੋਟ ਅ ਕੁਐਸਚਨ।
ਜੀ ਤੇ ਬਟ ਮੇਰੀ ਮੇਰੀ ਕੋਸ਼ਿਸ਼ ਹੋਏਗੀ ਔਰ ਐਡਵਾਈਸ ਹੋਏਗੀ ਜੀ ਕਿ ਇਲੈਕਸ਼ਨ ਤੋਂ ਪਹਿਲਾਂ ਸੀਟ ਅਡਜਸਟਮੈਂਟ ਕਰ ਲਓ, ਦੈਟ ਵਿਲ ਬੀ ਦ ਬੈਸਟ। ਜੀ ਬਾਅਦ 'ਚ ਇਲੈਕਸ਼ਨ 'ਚ ਲੜਨਾ ਸਾਡੇ ਸੀਟ ਜਿਹੜੀਆਂ ਹੋਣਗੀਆਂ ਔਰ ਅਕਾਲੀ ਦਲ ਦੀ ਸੀਟਾਂ ਹੋਣਗੀਆਂ, ਉਹਦਾ ਇੰਨਾ ਨਹੀਂ ਹੁੰਦਾ। ਇਹਦੇ ਵਿੱਚ ਅਸੀਂ ਅਕਾਲੀ ਦਲ ਦੀ ਸਪੋਰਟ ਲੈ ਸਕਦੇ ਹਾਂ, ਉਹ ਸਾਡੀ ਲੈ ਸਕਦੇ ਨੇ, ਆਪਾਂ ਸ਼ਹਿਰੀ ਵੀ ਪੇਂਡੂ ਰੱਖਿਆ ਵੀ ਅਸੀਂ ਉਹਦੇ ਵਿੱਚ ਇੰਪੈਕਟ ਪਾ ਸਕਦੇ।